ਤੇ ਇਹਨਾਂ ਨੇ ਕੋਈ ਗੱਡੇ ਵਗੈਰਾ ਨਹੀਂ ਬੰਨੇ ਨੇਗੇ, ਬਿਲਕੁਲ ਖੁੱਲੀ ਗੰਦਮ ਸਿੱਟੀ ਹੋਈ ਹੈਗੀ ਤੇ ਐਵੇਂ ਜੇੜਨਾ ਨਹੀਂ ਰਿਹਾ ਗਿਆ ਕਿਉਂਕਿ ਪਿਆਸ ਲੱਗੀ ਹੋਈ ਸੀ। ਮੈਂ ਪਾਣੀ ਪੀ ਲੈਣਾ ਆ ਗਿਆ। ਅੰਕਲ ਉਹਨਾਂ ਨੇ ਨਾ ਬੱਠਾਂ ਲਈ ਕੰਕਰੀਟ ਬਣਾ। ਫਾਈਨਲੀ ਜੀ ਵਾਸ਼ਰੂਮਾਂ ਦਰਵਾਜ਼ੇ ਜਿਹੜੇ ਨੇ ਲੱਗ ਗਏ ਨੇਗੇ ਤੇ ਇੱਥੇ ਛੱਤ ਤੇ ਚੱਲ ਕੇ ਤੁਹਾਨੂੰ ਫੁੱਲ ਵਿਊ ਦਿਖਾਉਣਾ। ਦੇਖੋ ਜੀ ਮਾਸ਼ਾਅੱਲਾ ਕਿਆ ਹੀ ਬਾਤ ਹੈ, ਤੇ ਦੇਖੋ ਜੀ ਮਾਸ਼ਾਅੱਲਾ ਕਿਤਨਾ ਖੂਬਸੂਰਤ ਵਿਊ। ਬਿਲਕੁਲ ਸਾਦਾ ਜਿਹਾ ਇਲਾਕਾ ਹੈਗਾ, ਖੂਬਸੂਰਤੀ ਬਹੁਤ ਹੈ। ਕੱਚੇ ਕੱਚੇ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲ ਤਮਾਮ ਭੈਣ ਭਾਈਆਂ ਦੇ। ਅਸੀਂ ਉਮੀਦ ਕਰਨੇ ਸਾਡੇ ਦੇਖਣ ਵਾਲ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ। ਤਾਂ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਤੇ ਆਪਣਾ ਜੀ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਸੀ, ਮੁਕੰਮਲ ਵਾਚ ਕਰਨਾ ਹੈਗਾ। ਜਿਹਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਥਲਦਾ ਲਾਲ ਕਰਦਾ ਸਬਸਕ੍ਰਾਈਬ ਦਾ ਬਟਨ ਨਜ਼ਰ ਆ ਰਿਹਾ ਹੋਣਾ ਹੈਗਾ, ਉਹਨੂੰ ਦਬਾ ਕੇ ਨਾਲ ਛੋਟਾ ਜਿਹਾ ਬੈਲ ਆਈਕਨ ਦਾ ਬਟਨ ਹੋਣਾ, ਉਹਨੂੰ ਦਬਾ ਕੇ ਆਲ ਤੇ ਕਰ ਲਓ ਕਿ ਸਾਡੇ ਆਵਾਂ ਜਿਹੇ ਵਲੌਗ ਨੇ ਬਾਸਾਨੀ ਤੁਹਾਡੇ ਤੱਕ ਪਹੁੰਚ ਸਕਣ। ਤੇ ਅੱਜ ਸਵੇਰ ਲਾ ਦੇ ਖਾਲਾ ਜਾਣਾ ਦੇ ਘਰ ਅਸੀਂ ਆਏ ਹੋਏ ਆਂਗੇ ਤੇ ਮਾਸ਼ਾਅੱਲਾ ਜਿਹਾ ਪਲਸਤਰ ਦਾ ਕੰਮ ਹੈਗਾ ਉਹ ਤਾਂ ਕੰਪਲੀਟ ਹੋਇਆ ਖੜਾ ਹੈਗਾ, ਨਾਲ ਦਰਵਾਜ਼ੇ ਜਿਹੜੇ ਨੇਗੇ ਆ ਵੀ ਫਿਟਿੰਗ ਕਰਵਾਉਣ ਲੱਗੇ ਆਂਗੇ। ਚਲੋ ਪਲਸਤਰ ਦੇ ਨਾਲ ਨਾਲ ਦਰਵਾਜ਼ੇ ਫਿਟਿੰਗ ਹੋ ਗਈ ਨਾ ਮਜ਼ਬੂਤੀ ਹੋ ਜਾਵੇਗੀ। ਅੰਕਲ ਤਾਂ ਕਹਿੰਦੇ ਸੀਗੇ ਕਿ ਦੋ ਇੱਕ ਦਿਨ ਤੁਸੀਂ ਰੁਕ ਜਾਓ ਇਹ ਬਾਅਦ ਫਿਟਿੰਗ ਕਰਾਂਗੇ, ਲੇਕਿਨ ਮੈਂ ਉਹਨਾਂ ਨੂੰ ਕਿਹਾ ਹੈਗਾ ਨਹੀਂ ਤੁਸੀਂ ਨਾ ਇਹਨਾਂ ਨੂੰ ਹੁਣੇ ਫਿਟਿੰਗ ਕਰ ਦਿਓ ਕਿ ਪਲਸਤਰ ਦੇਵੇ ਮਜ਼ਬੂਤੀ ਹੋ ਜਾਵੇ, ਬਾਅਦ ਜੋੜ ਬਣ ਜਾਣੇ ਨੇਗੇ ਜਿਵੇਂ ਕਿ ਇੱਥੇ ਵਿੱਚ ਲੱਗੇਗਾ ਨਾ ਐਲੇ ਦੇ ਬੈਰੇਜ ਇੱਥੇ ਫਿੱਟ ਹੋ ਰਹੇ ਨੇਗੇ, ਇੱਥੇ ਬਾਅਦ ਟਾਂਕੇ ਬਣ ਜਾਣੇ। ਸੋ ਉਹਨਾਂ ਨੇ ਬਿਹਤਰ ਇਹੀ ਹੈਗਾ ਹੁਣ ਨਵਾਂ ਨਵਾਂ ਪਲਸਤਰ ਇਹਦੇ ਵਿੱਚ ਹੀ ਇਹਦੀ ਫਿਟਿੰਗ ਹੋ ਗਈ, ਜ਼ਿਆਦਾ ਮਜ਼ਬੂਤੀ ਹੋਏਗੀ। ਇਹ ਕਹਿੰਦੇ ਸੀ ਇੱਥੋਂ ਲੈਂਟਰ ਥੱਲੇ ਬੈਠ ਜਾਣਾ, ਮੈਂ ਕਿਹਾ ਇੱਥੇ ਨੂੰ ਸਪੋਰਟ ਹੀ ਤਾਂ ਮਿਲ ਜਾਣੀ ਹੈਗੀ ਦਰਵਾਜ਼ੇ ਦੀ। ਇਸੇ ਤਰ੍ਹਾਂ ਇਹ ਦੂਸਰਾ ਦਰਵਾਜ਼ਾ ਉਹ ਵੀ ਫਿਟਿੰਗ ਕਰਵਾਉਣੇ, ਮਸਾਲਾ ਪਹਿਲੇ ਵਾਲਾ ਖਤਮ ਹੋ ਗਿਆ ਹੋਇਆ ਹੈਗਾ ਅਤੇ ਮਸਾਲੇ ਦੇ ਖਾਲਾ ਜਾਣ ਜਿਹੜੀਆਂ ਨਾ ਉੱਥੇ ਪਾਣੀ ਪਾ ਰਹੀਆਂ ਨੇਗੀਆਂ ਅਤੇ ਰੇਤ ਵੀ ਖਤਮ ਹੋਈ ਖੜੀ ਹੈਗੀ। ਅੱਜ ਜਿਹੜਾ ਨਾ ਥੱਲੇ ਇਹਦੇ ਫਰਸ਼ ਵੀ ਲਾਉਣੇ ਸੀਗੇ, ਇੱਥੋਂ ਕਿਤੇ ਪੜੋਸੀਆਂ ਨੂੰ ਪਤਾ ਕਰਨੇ ਆ ਗਏ ਨਾ ਪੜੋਸੀ ਨੇ ਕਿ ਉਹਨਾਂ ਕੋਲ ਰੇਤ ਪਈ ਹੈਗੀ ਅਤੇ ਉਹਨਾਂ ਕੋਲ ਚਲੋ ਅੱਜ ਉਧਾਰੀ ਲੈ ਲੈਣੇ ਆ ਕੇ ਫਿਰ ਉਹਨਾਂ ਦੇ ਦੇਵਾਂਗੇ ਅਤੇ ਅੱਜ ਜਿਹੜਾ ਨਾ ਕੰਮ ਮੁਕੰਮਲ ਕਰਵਾਉਣਾ ਇਨਸ਼ਾਅੱਲਾ ਰਾਲਾ ਤੇ। ਅਤੇ ਅੱਜ ਸਵੇਰ ਅਸੀਂ ਜਦੋਂ ਘਰੋਂ ਆਏ ਹਾਂਗੇ ਦੁਰਮਾੜੀ ਚੱਕ ਕੇ ਲੈ ਆਏ ਸੀਗੇ ਕਿ ਥੱਲੋਂ ਨਾ ਫਰਸ਼ ਦੀ ਕੁਟਾਈ ਵਗੈਰਾ ਕਰਨੀ, ਥੱਲੇ ਮਿੱਟੀ ਦੀ ਹਾਲੇ ਤਾਂ ਕਹਿੰਦੇ 'ਚ ਨਾ ਬਰਥੀ ਪੈਣੀ ਹੈਗੀ, ਰਾਤ ਨੂੰ ਖਾਲੂ ਨੇ ਕੋਈ ਸਿੱਟੀ ਸੀਗੀ ਇਹਨਾਂ ਦੇ ਵਿੱਚ, ਇਹਨਾਂ ਦੇ ਅੰਦਰ ਤਾਂ ਬਿਲਕੁਲ ਹੀ ਮਿੱਟੀ ਨਹੀਂ ਹੈਗੀ। ਹੁਣ ਚਾਚੂ ਜੀ ਦਰਵਾਜ਼ਾ ਖੁੱਲ੍ਹ ਜਾਵੇਗਾ, ਅਗਰ ਖੋਲ੍ਹਣਾ ਹੋਵੇ ਤਾਂ ਪਹਿਲੇ ਫਿਟਿੰਗ ਕਰ ਲਓ, ਉਸ ਤੋਂ ਬਾਅਦ ਫਿਰ ਖੋਲ੍ਹਨੇ ਆਉਣਾ। ਮੈਂ ਤੁਹਾਨੂੰ ਮਸਾਲਾ ਲਿਆ ਦੇਣਾ, ਮਸਾਲਾ ਇਹਨਾਂ ਲਿਆ ਦਿੰਦੇ ਹਾਂਗੇ ਤਾਂ ਕੰਮ ਜਿਹੜਾ ਇਹਨੇ ਸ਼ੁਰੂ ਕਰਨੇ ਆਂਗੇ। ਦਰਵਾਜ਼ੇ ਫਿੱਟ ਕਰਕੇ ਉਸ ਤੋਂ ਬਾਅਦ ਦਰਵਾਜ਼ੇ ਖੋਲ੍ਹ ਕੇ ਫਿਰ ਅੰਦਰ ਜੇ ਮਿੱਟੀ ਵਗੈਰਾ ਬਰਥੀ ਪਾ ਕੇ ਅਤੇ ਕੁਟਾਈ ਵਗੈਰਾ ਕਰਾਂਗੇ, ਦੁਰਮਣ ਨਾ ਪੱਕਾ ਜਿਹੜਾ ਅੰਦਰ ਫਰਸ਼ ਲਾਉਂਦੇ ਹਾਂਗੇ ਉਸ ਤੋਂ ਬਾਅਦ ਫਿਰ। ਅਤੇ ਸਾਈਡਾਂ ਜੇ ਸੁਰਾਖ ਨੇ ਨਾ ਇੱਥੇ ਵਿੱਚ ਇਸ ਤਰ੍ਹਾਂ ਰੋੜਿਆਂ ਦੀ ਫਿਟਿੰਗ ਵਗੈਰਾ ਹੋ ਜਾਏਗੀ, ਬਾਅਦ 'ਚ ਨਹੀਂ ਹੋ ਪਾਉਣਾ ਸੀ ਇਤਨਾ ਸਫਾਈ ਨਾਲ ਕੰਮ, ਹੁਣ ਮਜ਼ਬੂਤੀ ਹੋ ਜਾਵੇਗੀ ਇਸ ਵਜ੍ਹਾ ਤੁਸੀਂ ਇਹਨਾਂ ਫਿਟਿੰਗ ਕਰਵਾਉਣ ਲੱਗੇ ਹਾਂਗੇ ਪਹਿਲੇ ਹੀ। ਅਤੇ ਉਧਰੋਂ ਸੱਚ ਅੱਜ ਸੁਬਹਾ ਅੰਕਲ ਉਹਨਾਂ ਨੇ ਪਹਿਲੇ ਜਿਹੜੀ ਨਾ ਛੱਤ ਦੇ ਉੱਤੇ ਮਸਾਲਾ ਪਾਇਆ ਸੀਗਾ ਅਤੇ ਉਸ ਤੋਂ ਬਾਅਦ ਫਿਰ ਪਲਸਤਰ ਦੇ ਕੰਮ ਨੂੰ ਲੱਗੇ ਸੀ। ਛੱਤ ਵੀ ਜਿਹੜੀ ਨਾ ਉੱਤੋਂ ਪੱਕੀ ਹੋ ਗਈ ਹੈਗੀ ਮੁਕੰਮਲ। ਅਤੇ ਹੁਣ ਨਾਲੋ ਨਾਲ ਅੰਕਲ ਹੋਰੀਆਂ ਦੀ ਤਾਰਾਂ ਹੀ ਲਾ ਲੈਂਦੇ ਨੇਗੇ, ਬਿਲਕੁਲ ਸਫਾਈ ਨਾਲ ਦਰਵਾਜ਼ਾ ਜਿਹੜਾ ਨਾ ਇਸ ਤਰ੍ਹਾਂ ਲੱਗ ਜਾਏਗਾ, ਮਜ਼ਬੂਤੀ ਹੋ ਜਾਵੇਗੀ। ਅਤੇ ਸੱਚ ਕੱਲ੍ਹ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਮੈਂ ਖਾਲਾ ਜਾਣ ਰਹੇ ਘਰ ਦੇ ਅੱਗੇ ਜਿਹੜੀ ਗੰਦਮ ਗੱਡੀ ਸੀ ਅੰਕਲ ਹੋਰੀ ਕੱਟ ਰਹੇ ਸੀਗੇ, ਅੱਜ ਉਹਨਾਂ ਨੇ ਮਸ਼ੀਨ ਹੀ ਲਾ ਲਈ ਹੈਗੀ ਦਾਣੇ ਕੱਢਣ ਲੱਗੇ, ਕਿਉਂਕਿ ਰਾਤ ਨੂੰ ਮੌਸਮ ਸੀ ਦੇਖਿਆ ਕਿਤਨਾ ਜ਼ਿਆਦਾ ਖਰਾਬ ਹੋ ਗਿਆ ਸੀ। ਹਰ ਜ਼ਿਮੀਂਦਾਰ ਨੂੰ ਜਲਦੀ ਹੈਗੀ ਕਿ ਜਲਦੀ ਜਲਦੀ ਅਸੀਂ ਆਪਣੀ ਇਹ ਗੰਦਮ ਇਹਨਾਂ
ਫਸਲਾਂ ਚ ਚੱਕੀਏ ਕਿ ਉਹ ਨਾ ਹੋਵੇ ਬਾਅਦ ਚ ਅੰਧੇਰੀ ਆਂਧੀ ਵਗੈਰਾ ਆ ਜਾਵੇ ਜਾਂ ਜ਼ਿਆਦਾ ਬਾਰਿਸ਼ ਆ ਜਾਵੇ ਤੇ ਫਿਰ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ, ਅੱਧੋ ਅੱਧ ਔਸਤ ਜਿਹੜੀ ਨਾ ਗੰਦਮ ਦੀ ਘੱਟ ਹੋ ਜਾਂਦੀ ਬਾਰਿਸ਼ ਵਗੈਰਾ ਨਾਲ। ਤੇ ਇਹਨਾਂ ਨੇ ਕੋਈ ਗੱਡੇ ਵਗੈਰਾ ਨਹੀਂ ਬੰਨੇ ਨੇਗੇ, ਬਿਲਕੁਲ ਖੁੱਲ੍ਹੀ ਗੰਦਮ ਸਿੱਟੀ ਹੋਈ ਹੈਗੀ ਅਤੇ ਐਵੇਂ ਜਿਹੜਨਾ ਗਾਈ ਜਾ ਰਹੇ ਨੇਗੇ, ਜਲਦੀ ਬਹੁਤ ਜ਼ਿਆਦਾ ਨੇ ਇਹਨਾਂ ਨੂੰ। ਅਤੇ ਲੇਬਰ ਇਹਨਾਂ ਦੀ ਅੱਧੀ ਛੋਟੇ ਬੱਚੇ ਨੇਗੇ ਅਤੇ ਅੱਧੇ ਜਿਹੜਨਾ ਵੱਡੇ ਨੇਗੇ। ਵੈਸੇ ਅਗਰ ਦੇਖਿਆ ਜਾਵੇ ਨਾ ਉਹ ਜਿਵੇਂ ਗੱਠੀਆਂ ਬੰਨ ਕੇ ਰੱਖਦੇ ਨੇ ਉਹਦੀ ਨਿਸਬਤ ਇਸ ਤਰ੍ਹਾਂ ਕੰਮ ਜਿਹੜਨਾ ਜ਼ਿਆਦਾ ਵਾਰੇ 'ਚ ਇਸ ਤਰ੍ਹਾਂ ਸਪੀਡ ਨਾਲ ਕੰਮ ਹੁੰਦਾ ਹੈਗਾ, ਜਲਦੀ ਜਿਹੜਨਾ ਗੰਦਮ ਦੀ ਗਵਾਹੀ ਹੋ ਜਾਂਦੀ ਹੈ। ਅਤੇ ਉਦੋਂ ਦੁਪਹਿਰ ਦੇ ਖਾਣੇ ਦਾ ਟਾਈਮ ਹੋ ਗਿਆ ਹੈਗਾ, ਅੱਜ ਖਾਲਾ ਜਾਣ ਗਾਰੇ ਸਾਲਣ ਵਗੈਰਾ ਨਹੀਂ ਬਣਾਉਣ ਲੱਗੀਆਂ ਨੇ, ਉੱਥੋਂ ਚੱਲ ਕੇ ਸ਼ਹਿਰ 'ਚੋਂ ਲੈ ਆਉਣਾ ਹੈਗਾ ਅਤੇ ਖਾਲਾ ਜਾਣ ਨਾਲ ਮਿਲ ਕੇ ਚੱਲਣਾ ਹੈਗਾ, ਉੱਥੋਂ ਰੋਟੀ ਸਾਲਣ ਲੈ ਆਉਂਦੇ ਹਾਂ। ਦੁਪਹਿਰ ਦਾ ਟਾਈਮ ਹੈ, ਗਰਮੀ ਬਹੁਤ ਜ਼ਿਆਦਾ ਹੈਗੀ, ਲੇਕਿਨ ਜਿਹੜੇ ਗੰਦਮ ਕੱਟ ਰਹੇ ਨੇ ਨਾ ਇਹਨਾਂ ਨੂੰ ਗਰਮੀ ਨਹੀਂ ਲੱਗ ਰਹੀ ਕਿਉਂਕਿ ਬਾਰਿਸ਼ਾਂ ਦਾ ਖਤਰਾ ਹੈਗਾ ਅਤੇ ਹਰ ਕੋਈ ਲੱਗਿਆ ਹੋਇਆ। ਜਲਦੀ ਜਲਦੀ ਉਹ ਗੱਠੀਆਂ ਹੀ ਨਹੀਂ ਬਣ ਰਹੇ ਨੇ ਕਿ ਬਸ ਜਲਦੀ ਜਲਦੀ ਚੱਕ ਕੇ ਅਤੇ ਗਾਹੀ ਜਾ ਰਹੇ ਨੇ ਗੰਦਮ ਨੂੰ, ਕਿਉਂਕਿ ਅਗਰ ਬਾਰਿਸ਼ ਆ ਗਈ ਤਾਂ ਦੱਸ ਰਿਹਾ ਸੀ ਨੁਕਸਾਨ ਬੜਾ ਹੋ ਜਾਂਦਾ। ਜਿਵੇਂ ਹੀ ਹੈ ਕਿ ਚੱਕ ਚੱਕ ਕੇ ਬਸ ਗਾਹੀ ਜਾ ਰਹੇ ਨੇ ਕਿ ਜਲਦੀ ਜਲਦੀ ਦਾਣੇ ਕੱਢ ਕੇ ਘਰ ਲੈ ਚੱਲੀ। ਅਤੇ ਇੱਥੇ ਹੀ ਹੋਟਲ 'ਤੇ ਆ ਕੇ ਆਏਗੇ, ਇੱਥੋਂ ਰੋਟੀ ਸਾਲਣ ਲੈ ਲੈਂਦੇ ਹਾਂ ਅਤੇ ਖਾਣਾ ਲੈ ਕੇ ਜੀ ਇੱਥੇ ਘਰ ਵਾਪਸ ਅਸੀਂ ਆ ਗਏ ਹਾਂ। ਉਦੋਂ ਇੱਕ ਸਪੰਚ ਹੀ ਲੈ ਆ ਗਿਆ ਜਿਹੜਾ ਪਲਸਤਰ 'ਤੇ ਨਹੀਂ ਉਹ ਫੋਮ ਲਾਉਂਦੇ ਨੇਗੇ ਉਹ ਵਾਲਾ, ਅਤੇ ਅੰਮੀ ਜਾਨ ਜਿਹੜੀਆਂ ਨੇਗੀਆਂ ਮਿੱਟੀ ਸਿੱਟਣ ਨੂੰ ਲੱਗੀਆਂ ਹੋਈਆਂ ਨੇਗੀਆਂ, ਇਹਨਾਂ ਨੂੰ ਮਨਾ ਹੀ ਕਰ ਗਿਆ ਸੀ ਕਿ ਗਰਮੀ ਬਹੁਤ ਜ਼ਿਆਦਾ, ਤੁਹਾਡੀ ਤਬੀਅਤ ਖਰਾਬ ਹੋ ਜਾਣੀ। ਚਲੋ ਠੀਕ ਹੈ। ਅੱਛਾ ਇਹਦੇ ਚੋਣ ਸਿੱਟ ਰਹੇ ਨੇਗੇ ਅੰਮੀ ਜਾਨ, ਅਤੇ ਇਹਦੀ ਜਿਹੜੀ ਨਾ ਅੰਦਰੋਂ ਪੂਰੀ ਹੋਈ ਪਈ ਹੈਗੀ ਮਿੱਟੀ, ਆ ਦੇਖੋ। ਬਸ ਇਹਦੇ ਉੱਤੋਂ ਬਰਾਬਰ ਕਰਕੇ ਨਾ ਉੱਤੇ ਰੋੜੀ ਵਗੈਰਾ ਸਿੱਟ ਕੇ ਉੱਤੋਂ ਕੁਟਾਈ ਕਰਨੀ, ਰੋੜੀ ਵੀ ਜਿਹੜੀ ਕੁਛ ਕੁੱਟੀ ਪਈ ਹੈ, ਕੋਈ ਖਾਣਾ ਖਾਣ ਤੋਂ ਬਾਅਦ ਫਿਰ ਉੱਠਣੇ ਆਵਾਂਗੇ। ਗਰਮੀ ਬਹੁਤ ਜ਼ਿਆਦਾ ਹੈਗੀ ਅੱਜ। ਅਤੇ ਅੰਕਲ ਉਹਨੇ ਮਾਸ਼ਾਅੱਲਾ ਦੇਖੋ ਦਰਵਾਜ਼ੇ ਦੀ ਜੀ ਇੰਨਾ ਫਿਟਿੰਗ ਕਰ ਲਈ ਹੋਈ ਹੈਗੀ। ਅਤੇ ਇਹ ਸਪੰਜ ਦਾ ਕੰਮ ਹੁੰਦਾ ਹੈਗਾ ਜਿਵੇਂ ਕਿ ਅਸੀਂ ਦੇਖੋ ਨਾ ਉੱਤੋਂ ਸੀਮੈਂਟ ਜਿਹੜਾ ਹੈਗਾ ਥੋੜ੍ਹਾ ਥੋੜ੍ਹਾ ਉੱਤੇ ਨਿਕਲਿਆ ਹੋਇਆ, ਇਸ ਤਰ੍ਹਾਂ ਸਫਾਈ ਕਰਨ ਲਈ ਹੁੰਦਾ ਹੈਗਾ। ਅੱਛੀ ਤਰ੍ਹਾਂ ਜਿਹੜਾ ਨਾ ਇਹਦੇ ਨਾਲ ਪਲਸਤਰ ਬਹੁਤ ਪਿਆਰਾ ਹੋ ਜਾਂਦਾ। ਅਤੇ ਇਹਦਾ ਹੀ ਦਰਵਾਜ਼ਾ ਵੀ ਲੱਗ ਗਿਆ ਹੈਗਾ, ਹੁਣ ਰਹਿ ਗਿਆ ਪਰਲੀ ਸਾਈਡ ਵਾਲਾ ਦਰਵਾਜ਼ਾ, ਉਹ ਨਿਸ਼ਾਨ ਵਗੈਰਾ ਲੱਗੇ ਨੇ ਉੱਥੇ, ਇੱਟਾਂ ਵਗੈਰਾ ਕੱਢ ਕੇ ਨੇ। ਤਾਂ ਅੰਕਲ ਉਹ ਦਰਵਾਜ਼ਾ ਹੁੰਦਾ ਲਾਉਂਦੇ ਨੇ, ਮੈਂ ਅੰਦਰ ਜੇ ਨਾ ਮਿੱਟੀ ਵਗੈਰਾ ਸਿੱਟ ਕੇ ਅਤੇ ਮੁਕੰਮਲ ਜਿਹੜਾ ਇਹਨਾਂ ਦੀ ਥੱਲੋਂ ਕੁਟਾਈ ਵਗੈਰਾ ਰੋੜੀ ਦੀ ਕਰਨਾ ਹੈਗਾ ਖਾਣਾ ਖਾਣ ਤੋਂ ਬਾਅਦ। ਅਤੇ ਠੀਕ ਹੈ ਜੀ, ਹੁਣ ਫਿਰ ਖਾਣਾ ਖਾ ਲਈਏ, ਉਸ ਤੋਂ ਬਾਅਦ ਫਿਰ ਬਾਕੀ ਜਿਹੜੇ ਨਾ ਕੰਮ ਵਗੈਰਾ ਕਰਨੇ ਆ, ਕੰਮ ਤਾਂ ਹਾਲੇ ਤੱਕ ਕਾਫੀ ਕਰਨੇ ਨੇਗੇ। ਅਲਹਮਦੁਲਿਲਾ ਜੀ ਖਾਣਾ ਖਾ ਲਿਆ ਹੈਗਾ ਅਤੇ ਹੁਣ ਫਿਰ ਲੱਗ ਜਾਂਦੇ ਹਾਂ ਕਿ ਕੰਮ ਨੂੰ। ਉਰਲਾ ਜਿਹਾ ਵਾਸ਼ਰੂਮ ਇਹਦੇ ਅੰਦਰ ਮੈਂ ਭਰਤੀ ਪੂਰੀ ਕਰਨਾ ਆ ਗਿਆ ਅਤੇ ਅੰਕਲ ਉਹ ਜਿਹੜੇ ਨਾ ਪਰਲੇ ਦਰਵਾਜ਼ੇ ਦੀ ਫਿਟਿੰਗ ਕਰਨ ਲੱਗੇ ਨੇਗੇ ਉੱਥੇ। ਇੱਥੇ ਨਾ ਮਿੱਟੀ ਜਿਹੜੀ ਪੈਣੀ ਹੈਗੀ ਜਲਦੀ ਜਲਦੀ ਸੱਟ ਕੇ ਪਹਿਲੇ ਪੂਰੀ ਕਰੀਏ, ਫਿਰ ਉਹਨਾਂ ਉੱਤੇ ਨਾ ਰੋੜੀ ਵਗੈਰਾ ਸਿੱਟ ਕੇ ਕੁਟਾਈ ਕਰਾਂਗੇ।
ਦਰਅਸਲ ਪਹਿਲੇ ਨਾ ਮੈਂ ਸੋਚਿਆ ਹੀ ਨਹੀਂ ਆ ਗਿਆ, ਕਹਿੰਦੇ ਥੱਲੇ ਪਾਣੀ ਵਾਲੇ ਪੈਪ ਵੀ ਪਾਣੇ ਨੇ ਤਾਂ ਪਹਿਲੇ ਇੱਥੋਂ ਨਾ ਇੱਟ ਕੱਢ ਲੈਣੇ ਸੀਗੇ। ਉਹਨਾਂ ਤੋਂ ਬਾਅਦ ਜੇ ਪਾਣੀ ਨਿਕਾਸੀ ਕੱਢਣੀ ਨਾ ਉਹਦੇ ਲਈ ਇੱਥੋਂ ਵੀ ਇੱਟ ਕੱਢਣੀ ਪੈਣੀ ਅਤੇ ਪੱਲਾ ਜਿਹੜਾ ਨਾਰ ਵਾਲਾ ਹੈਗਾ ਵਾਸ਼ਰੂਮ ਉਹਦੇ 'ਚ ਵੀ ਕੱਢਣੀ ਪੈਣੀ ਹੈਗੀ। ਚਲੋ ਕੋਈ ਨਾ, ਮਿਹਨਤ ਤਾਂ ਹੈਗੀ, ਥੱਲੇ ਖਟਾਈ ਕਰਕੇ ਦੁਬਾਰਾ ਕੱਢਣੀ ਪੈਣੀ। ਜਿਹੜਾ ਪਹਿਲਾਂ ਥੱਲੇ ਫਰਸ਼ ਲੱਗਿਆ ਹੋਇਆ ਸੀ ਉਹ ਜਾਣਾ, ਉਹਦੀ ਇੱਟਾਂ ਨਿਕਲੀਆਂ ਪਈਆਂ ਹੋਈਆਂ। ਥੱਲੇ ਫਰਸ਼ ਲੱਗਿਆ ਰਹਿ ਦਿੱਤਾ ਹੈਗਾ, ਕਹਿੰਦੇ ਨਾ ਮਜ਼ਬੂਤੀ ਹੋ ਜਾਵੇ ਥੱਲੇ ਬੈਠੇਗਾ ਨਹੀਂ, ਇਸ ਤਰ੍ਹਾਂ ਥੱਲੇ ਨਹੀਂ ਬਣਨਾ, ਫਰਸ਼ ਨਹੀਂ ਬਣੇ। ਜਿਹੜਾ ਪਹਿਲੇ ਲੱਗਿਆ ਹੋਇਆ ਸੀ ਨਾ ਇੱਥੇ ਵਾਸ਼ਰੂਮ ਪਹਿਲੇ ਬਣੇ ਸੀ ਉਹਦਾ ਫਰਸ਼ ਉਹਨੇ ਬਣਿਆ ਹੋਇਆ ਥੱਲੇ, ਅਤੇ ਥੱਲੋਂ ਹੀ ਨਿਕਾਸੀ ਲਈ ਇੱਟਾਂ ਜਿਹੜੀਆਂ ਨਾ ਮੈਂ ਕੱਢ ਲਈਆਂ ਨੇਗੀਆਂ। ਮੈਂ ਦਰਅਸਲ ਪਹਿਲੇ ਗਲਤੀ ਕੀਤੀ ਸੀਗੀ, ਪਹਿਲੇ ਥੱਲੋਂ ਇੱਟਾਂ ਵਗੈਰਾ ਕੱਢ ਕੇ ਥੱਲੇ ਉਹ ਪੈਪ ਵਗੈਰਾ ਵਿਛਾ ਲੈਣੇ ਸੀ, ਉਸ ਤੋਂ ਬਾਅਦ ਫਿਰ ਮਿੱਟੀ ਸਿੱਟ ਕੇ ਨਾ ਅਤੇ ਉੱਥੋਂ ਕੁਟਾਈ ਕਰਨੀ ਹੈਗੀ। ਅੰਕਲ ਉਹਨਾਂ ਦਿਮਾਗ ਹੀ ਨਹੀਂ ਰਹੀ ਨਾ ਮੈਨੂੰ ਯਾਦ ਰਿਹਾ, ਮੈਂ ਐਵੇਂ ਜਿਹੜਾ ਨਾ ਉੱਤੇ ਮਿੱਟੀ ਸਾਡੇ ਕੁਟਾਈ ਕਰ ਲਈ। ਹੁਣ ਪਹਿਲਾਂ ਤਾਂ ਥੱਲੇ ਪੈਪ ਵਗੈਰਾ ਪਾ ਲਈਏ, ਪਰ ਬਾਹਰ ਦੀ ਨਿਕਾਸੀ ਬਣਾ ਲਈਏ, ਉਸ ਤੋਂ ਬਾਅਦ ਫਿਰ ਜਿਹੜਾ ਨਾ ਅੱਗੇ ਆਉਂਦੇ ਮਿੱਟੀ ਵਗੈਰਾ ਸਿੱਟ ਕੇ ਆਉਂਦਾ ਫਰਸ਼ ਜਿਹੜਾ ਨਾ ਲਾਵਾਂਗੇ। ਅੰਕਲ ਹੋਰ ਇਹ ਵੀ ਦਰਵਾਜ਼ੇ ਜਿਹੜਾ ਲਾਈ ਖੜੇ ਨੇਗੇ, ਬਸ ਥੋੜ੍ਹੀਆਂ ਜਿਹੀਆਂ ਸਾਡੀ ਤਾਰਾਂ ਰਹਿ ਗਈਆਂ ਨੇਗੀਆਂ। ਮਾਸ਼ਾਅੱਲਾ ਸਮਾਨ ਹੈ, ਬੱਦਲ ਦੇਖੋ ਕਿੰਨੇ ਪਿਆਰੇ ਬਣੇ ਹੋਏ ਨੇਗੇ। ਇਹ ਤਾਂ ਬਾਰਿਸ਼ ਵਾਲੇ ਬੱਦਲ ਨੇਗੇ, ਬਲੈਕ ਬਲੈਕ, ਕੋਈ ਪਤਾ ਨਹੀਂ ਬਾਰਿਸ਼ ਆ ਹੀ ਜਾਵੇ। ਲੇਕਿਨ ਮਾਸ਼ਾਅੱਲਾ ਵਿਊ ਹੀ ਬਹੁਤ ਖੂਬਸੂਰਤ ਹੈਗਾ, ਅਸੀਂ ਚੈੱਕ ਕਰੋ ਖੂਬਸੂਰਤ ਬੱਦਲ ਕਿਤਨੇ ਨੇਗੇ। ਅਤੇ ਇੱਥੇ ਗੰਦਮ ਨੂੰ ਉਗਾਉਣ ਲੱਗੇ ਹੋਏ ਸੀ ਉਦੋਂ ਸਾਰੀ ਉਹਨਾਂ ਨੇ ਗਾਹ ਲਈ ਹੋਈ ਹੈ, ਤੂੜੀ ਇਕੱਠੀ ਕਰਦੇ ਫਿਰਦੇ ਨੇਗੇ ਕਿਉਂਕਿ ਤੂੜੀ ਬਹੁਤ ਕੀਮਤੀ ਹੈਗੀ, ਤੂੜੀ ਕਿਧਰੋਂ ਮਿਲ ਹੀ ਨਹੀਂ ਰਹੀ ਆ। ਹੁਣ ਇਸ ਮੌਸਮ ਦੇ ਵਿੱਚ ਜਿਹੜੇ ਜਾਨਵਰ ਨੇ ਨਾ ਇਹਨਾਂ ਲਈ ਤੁਹਾਨੂੰ ਪਤਾ ਚਾਰਾ ਵਗੈਰਾ ਨਹੀਂ ਮਿਲ ਰਿਹਾ ਹੈਗਾ, ਅਤੇ ਤੂੜੀ ਜਿਹੜੀ ਨਾ ਇਹ ਥੋੜ੍ਹਾ ਬਹੁਤ ਕੋਈ ਹਰਾ ਚਾਰਾ ਮਿਲ ਜਾਵੇ ਉਹਦੇ ਮਿਕਸ ਕਰਕੇ ਤੂੜੀ ਖਿਲਾਉਂਦੇ ਹੁੰਦੇ ਨੇ ਜਾਨਵਰਾਂ ਨੂੰ। ਅਤੇ ਇੱਥੇ ਛੱਤ 'ਤੇ ਚੱਲ ਕੇ ਤੁਹਾਨੂੰ ਫੁੱਲ ਵਿਊ ਦਿਖਾਉਣਾ, ਦੇਖੋ ਜੀ ਮਾਸ਼ਾਅੱਲਾ ਕਿਆ ਹੀ ਬਾਤ ਹੈ। ਫਾਈਨਲੀ ਜੀ ਵਾਸ਼ਰੂਮਾਂ ਦਰਵਾਜ਼ੇ ਜਿਹੜੇ ਨੇ ਲੱਗ ਗਏ ਨੇਗੇ, ਅਤੇ ਅੰਕਲ ਹੋਰ ਜਿਹੜੇ ਨੇ ਇੱਦਾਂ ਲੱਗੇ ਹੋਏ ਨੇਗੇ ਥੱਲੇ ਨੂੰ ਵਾਇਰਿੰਗ ਕਰਨ ਨੂੰ, ਅਤੇ ਇਹਨਾਂ ਨੂੰ ਚਾਹੀਦਾ ਹੈਗਾ ਇੱਥੇ ਵਾਸਤੇ ਨਾ ਇੱਕ ਟੀ ਟਾਈਪ ਹੁੰਦਾ ਹੈਗਾ ਬਣਿਆ ਹੋਇਆ ਨਾ, ਐਲਬੋ ਤਿੰਨ ਮੂੰਹ ਨੂੰ ਬਣੇ ਹੁੰਦੇ ਨੇਗੇ। ਪਾਣੀ ਦੀ ਨਿਕਾਸੀ ਬਾਹਰ ਨੂੰ ਕਰਨੀ ਹੈ ਨਾ ਕਿ ਜਿਹੜਾ ਖਾਡੇ ਦਾ ਪਾਣੀ ਹੋਇਆ ਅਤੇ ਇੱਦਾਂ ਨਾਵਾਂ ਨਾਲੇ ਵਾਸ਼ਰੂਮ ਦਾ ਪਾਣੀ ਹੋਇਆ ਇਹ ਜਿਹੜਾ ਨਾ ਬਾਹਰ ਨੂੰ ਜਾਵੇਗਾ, ਅਤੇ ਉਹਦੇ ਲਈ ਉਹ ਚੱਲ ਕੇ ਨਾ ਲੈ ਆਉਂਦੇ ਹਾਂਗੇ ਉੱਥੋਂ ਸ਼ਹਿਰੋਂ ਹੀ। ਅਤੇ ਬਾਕੀ ਹੋਰ ਤਾਂ ਸਮਾਨ ਦੀ ਨਹੀਂ ਜ਼ਰੂਰਤ ਚਾਚੂ ਜੀ, ਕੋਈ ਨਹੀਂ ਚਲੋ ਠੀਕ ਹੈ। ਇਹ ਪਿਆਲਾ ਜਿਹੜਾ ਨਾ ਕਹਿ ਰਹੇ ਨੇ ਵਿੱਚੋਂ ਇੱਕ ਇੱਥੇ ਵੱਜ ਜਾਵੇਗਾ, ਚਲੋ ਇਹ ਅਮੀ ਜਾਨ ਵਾਪਸ ਫਿਰ ਕਰ ਦੇਵਾਂਗੇ, ਉਹਨਾਂ ਨੂੰ ਪੁੱਛੀ ਆਵਾਂਗੇ ਨਾ ਹੁਣ ਉਹਨਾਂ ਨੂੰ ਵਾਪਸ ਕਰ ਦੇਵਾਂਗੇ ਵਾਲਾ, ਅਤੇ ਇਹਦੇ ਬਦਲੇ ਜਿਹੜਾ ਨਾ ਉਹ ਚਲੋ ਮਿਲ ਜਾਵੇਗਾ। ਉਹਨਾਂ ਪਹਿਲੇ ਪੁੱਛ ਲਈਏ ਕਿ ਵਾਪਸ ਕਰਨਗੇ ਕਿ ਨਹੀਂ, ਨਹੀਂ ਤਾਂ ਉਹਨੇ ਲੈ ਜਾਣਾ ਸੀ ਬੰਦਾ, ਜੇ ਅੱਛਾ ਨਹੀਂ ਲੱਗਦਾ ਹੈਗਾ ਬਗੈਰ ਪੁੱਛੇ ਉਹਨਾਂ ਨੂੰ ਵਾਪਸ ਕਰਨ ਚਲਾ ਜਾਵੇ। ਅਤੇ ਦੇਖੋ ਇਹ ਮਾਸ਼ਾਅੱਲਾ ਕਿਤਨਾ ਖੂਬਸੂਰਤ ਵਿਊ, ਬਿਲਕੁਲ ਸਾਦਾ ਜਿਹਾ ਇਲਾਕਾ ਹੈਗਾ, ਖੂਬਸੂਰਤੀ ਬਹੁਤ ਹੈ, ਕੱਚੇ ਕੱਚੇ ਜਿਹੇ ਘਰ ਨੇ। ਦਰਵਾਜ਼ਾ ਚੈੱਕ ਕਰੋ ਕਿਹੋ ਜਿਹਾ ਉਹਨਾਂ ਨੇ ਉਹ ਪਤਲਾ ਦਾ ਬਣਾਇਆ ਹੋਇਆ ਹੈਗਾ, ਜਿਹੜੀਆਂ ਨਹੀਂ ਕਾਲਿਆਂ ਦੀ ਪਤਲਾ ਹੁੰਦੀ ਆ ਉਹਦਾ ਦਰਵਾਜ਼ਾ ਬਣਾਇਆ ਹੋਇਆ ਘਰ ਦਾ। ਇੱਥੋਂ ਗੁਜ਼ਰ ਰਿਹਾ ਸੀਗਾ, ਮੈਨੂੰ ਟਿਊਬਵੈਲ ਚੱਲਦਾ ਨਜ਼ਰ ਆਇਆ, ਮੇਰੇ ਕੋਲ ਨਹੀਂ ਰਿਹਾ ਗਿਆ ਕਿਉਂਕਿ ਪਿਆਸ ਲੱਗੀ ਹੋਈ ਸੀ, ਮੈਂ ਪਾਣੀ ਪੀ ਲੈਣਾ ਆ ਗਿਆ। ਬੜਾ ਠੰਡਾ ਸੀਗਾ ਪਾਣੀ ਨਾ ਟਿਊਬਵੈਲ ਦਾ, ਦਿਲ ਤਾਂ ਕੀਤਾ ਹੈਗਾ ਨਹਾਉਣ ਨੂੰ, ਲੇਕਿਨ ਪਿੱਛੇ ਫਿਰ ਹਟਣ ਦੀ ਵੀ ਜਲਦੀ ਸੀਗੀ, ਇਸ ਵਜ੍ਹਾ ਤੋਂ ਨਹੀਂ ਨਹਾਇਆ ਆ ਗਿਆ, ਲੇਕਿਨ ਬੜਾ ਮਜ਼ਾ ਆ ਰਿਹਾ ਸੀ।
ਤੇ ਆਹ ਦੇਖੋ ਜੀ ਪਪੀਤੇ ਦੀ ਫਸਲ ਹੈਗੀ ਵਿੱਚ ਨਾ ਗਰਮੈਂ ਪਹਿਲੇ ਸਰਦਾ ਕੱਢਿਆ ਹੋਇਆ ਹੈਗਾ ਇਹਨਾਂ ਨੇ, ਬਹੁਤ ਹੀ ਪਿਆਰੀ ਫਸਲ ਹੈ। ਇਨਸ਼ਾਅੱਲਾ ਤਾਲਾ ਕਦੀ ਫਿਰ ਚੱਕਰ ਲੱਗਿਆ ਨਾ ਤੁਹਾਨੂੰ ਮੈਂ ਵਿਜ਼ਿਟ ਕਰਾਵਾਂਗੇ ਫਸਲ। ਪਪੀਤਾ ਹਾਲੇ ਤੱਕ ਛੋਟਾ ਛੋਟਾ ਹੈਗਾ ਲੇਕਿਨ ਗਰਮਾ ਕੱਢੇ ਹੋਏ, ਪਤਾ ਨਹੀਂ ਉਹਨਾਂ ਨੇ ਸਰਦਾ ਕੱਢੇ ਹੋਇਆ ਉਹ ਵੱਡਾ ਵੱਡਾ ਹੋਇਆ ਹੋਇਆ। ਅਤੇ ਆਹ ਦੇਖੋ ਇਹ ਵੀ ਆਬਾਦੀ ਜਿਹੜੀ ਨੇ ਬਿਲਕੁਲ ਸਾਦੇ ਜਿਹੇ ਘਰ ਨੇਗੇ, ਕੱਚੇ ਜਿਹੇ ਘਰ ਨੇ ਸੀ। ਆਹ ਦੇਖੋ ਸਾਰਾ ਜਿਹੜਾ ਨਾ ਇਲਾਕਾ ਹੀ ਸਾਡਾ ਇਸ ਤਰ੍ਹਾਂ ਦਾ ਹੀ ਹੈਗਾ, ਬਿਲਕੁਲ ਕੱਚੇ ਘਰ। ਇੱਥੋਂ ਸ਼ਹਿਰੋਂ ਆ ਕੇ ਜਿਹੜੇ ਜੋੜ ਲੈਣੇ ਸੀਗੇ ਅੰਕਲ ਹੋਰਾਂ ਨੇ ਕਿਹਾ ਸੀਗੇ ਕਿ ਦੋ ਹੀ ਲੈ ਲਓ ਬਿਹਤਰ ਹੈਗਾ, ਆਸਾਨੀ ਨਾਲ ਪਾਣੀ ਬਾਹਰ ਨਿਕਲ ਜਾਵੇਗਾ, ਸਾਰਾ ਇਕੱਠਾ ਹੋ ਕੇ ਨਾ ਵਾਇਰਿੰਗ ਠੀਕ ਹੋ ਜਾਵੇਗੀ। ਉਹ ਦੋ ਹੀ ਜੋੜ ਲੈ ਲੈਣਗੇ, 200 ਰੁਪਏ ਦਾ ਮਿਲਿਆ ਹੈਗਾ। ਅੱਗੇ ਟੰਗੇ ਹੋਏ ਨੇ ਘਰ ਚੱਲ ਕੇ ਤਾਂ ਦਿਖਾਉਂਦੇ ਹਾਂ, ਚਲੀਏ ਬਸ ਜਲਦੀ ਜਲਦੀ ਕਿਉਂਕਿ ਕੰਮ ਅੱਜ ਇਨਸ਼ਾਅੱਲਾ ਤਾਲਾ ਹਰ ਹਾਲਤ ਦੇ ਫਿਨਿਸ਼ ਕਰਨਾ ਹੈਗਾ। ਅਤੇ ਇਹ ਵਾਲਾ ਸਮਾਨ ਜਿਹਾ ਲੈ ਕੇ ਆ ਗਿਆ ਆਗੇ ਅਸੀਂ ਦੇਖ ਹੀ ਲਿਆਉਣਾ ਹੈਗਾ। ਟੀ ਟਾਈਪ ਬਣੇ ਹੁੰਦੇ ਨੇਗੇ, 3 ਜੋੜ ਇਹਦੇ ਲੱਗਣੇ ਨੇਗੇ, ਦੋ ਹੀ ਅੰਕਲ ਹੋਰਾਂ ਨੇ ਕਿਹਾ ਸੀ ਦੋ ਹੀ ਲੈ ਆ ਗਿਆ। ਹੈਲੋ ਚਾਚੂ ਜੀ, ਬਾਹਰ ਰੱਖਾ, ਚਲੋ ਠੀਕ ਹੈ। ਪਲਸਤਰ ਇਸ ਸਾਈਡ ਦਾ ਰਹਿੰਦਾ ਨਾ, ਪਲਸਤਰ ਕਰ ਰਹੇ ਨੇ। ਚਲੋ ਚਲੋ ਕੀ ਚੀਜ਼ ਫਰੈਸ਼, ਚਲੋ ਠੀਕ ਹੈ, ਓਕੇ। ਨਹੀਂ ਅੱਜ ਵੇਖਣੇ ਆ ਨਾ, ਅਗਰ ਟਾਈਮ ਥੋੜ੍ਹਾ ਜਿਹਾ ਹੋਇਆ ਤਾਂ ਲਾ ਲਿਸਾ ਥੱਲੋ ਫਰੈਸ਼ 'ਤੇ ਵੀ ਟਾਈਮ ਜਿੰਨਾ ਵੀ ਹੋਇਆ ਵੇਖਣੇ ਆ ਨਾ। ਅੱਗਾ ਵਕਤ ਨਾਲ ਮੈਂ ਵੀ ਕੋਈ ਜਿਹੜਾ ਥੋੜ੍ਹੀ ਸਪੀਡ ਲਵਾਉਣਾ ਆ ਗਿਆ, ਜਿੰਨਾ ਜਲਦੀ ਹੋ ਸਕੇ ਕੰਮ ਜਿਹੜਾ ਨਾ ਫਿਨਿਸ਼ ਕਰੀਏ। ਅੰਕਲ ਹੋਰ ਤਾਂ ਕਹਿ ਰਹੇ ਨੇ ਸੁਬਹਾ ਫਰੈਸ਼ ਲੱਗਣਗੇ, ਪਲਸਤਰ ਵਗੈਰਾ ਵੀ ਕਾਫੀ ਮੁਸ਼ਕਿਲ ਹੋਣਾ ਹੈ ਨਾ, ਇਹ ਦਾਰਾਂ ਲੱਗਣਗੀਆਂ ਵਾਲੀਆਂ ਸਾਈਡ ਦੀਆਂ, ਫਿਰ ਹੋਣਾ ਜਾ ਕੇ ਪਲਸਤਰ। ਇਹਦਾ ਵੀ ਰਹਿੰਦਾ ਨਾ ਇਸ ਸਾਈਡ ਦਾ ਪਲਸਤਰ, ਇਹ ਦੇਖੋ ਇਹ ਵਾਲਾ ਪਲਸਤਰ ਜਿਹੜਾ ਨਾ ਇਹ ਹੁਣ ਕਰਨਾ ਅੰਕਲ ਹੋਰਾਂ ਨੇ। ਅਤੇ ਇੱਥੋਂ ਥੱਲੋਂ ਜਿਹੜਾ ਨਾ ਇਹ ਖੁੱਡਾ ਮਾਰ ਲਿਆ ਅੰਕਲ ਹੋਰਾਂ ਨੇ, ਇਧਰਲੀ ਜਿਹੜੀ ਸਾਰੀ ਆਉਣੇ ਨਾ ਪਾਣੀ ਦੀ ਨਿਕਾਸੀ ਉਹ ਵੀ ਇੱਧਰ ਨੂੰ ਜਾਵੇਗੀ। ਇਕੱਠੀ ਕਰਕੇ ਅਸੀਂ ਹੋਈਆਂ ਤੋਂ ਦੋ ਉਹਨਾਂ ਨੇ ਟੀਆਂ ਮੰਗਵਾਈਆਂ ਨੇਗੀਆਂ ਕਿ ਸਾਰਾ ਜਿਹਾ ਪਾਣੀ ਹੈ ਨਾ ਇੱਥੋਂ ਪਰਾਂ ਬਾਹਰ ਨੂੰ ਚਲਾ ਜਾਵੇਗਾ, ਕਿਉਂਕਿ ਬਾਹਰ ਵਾਲੀਆਂ ਇੱਟਾਂ ਬੜੀਆਂ ਮੁਸ਼ਕਿਲ ਨਾਲ ਮੈਂ ਕੱਢੀਆਂ ਨੇ। ਹਾਂ ਇੱਕੇ ਪੈਪ 'ਚ ਬਾਹਰ ਚਲ, ਹਾਂ ਖੂਹੀ ਬਣ ਜਾਵੇਗੀ ਉਹਦਾ। ਅਤੇ ਅੰਕਲ ਉਹਨਾਂ ਨੇ ਨਾ ਬੱਠਾ ਲਈ ਕੰਕਰੀਟ ਬਣਾ ਦਿੱਤਾ ਹੈਗਾ ਇੱਥੇ ਉੱਤੇ ਪਾਉਣ ਲਈ, ਕਿਉਂਕਿ ਨਾ ਮੈਂ ਕਿਹਾ ਥੱਲੇ ਤੁਸੀਂ ਉਹ ਪਾਣੀ ਨਿਕਾਸੀ ਬਣਾਓ ਕਿ ਮੈਂ ਦਿਨ ਅੰਦਰ ਕੁਟਾਈ ਵਗੈਰਾ ਕਰ ਲਵਾਂਗਾ, ਫਿਰ ਜਿਹੜੇ ਨਾ ਪਲਸਤਰ ਦਾ ਕੰਮ ਕੀਤੇ ਰੱਖਣਗੇ ਨਾਲ, ਤਾਂ ਮੈਂ ਅੰਦਰੋਂ ਫਰੈਸ਼ ਦੀ ਜਿਹੜੀ ਨਾ ਮੁਕੰਮਲ ਜਿਹੀ ਕੁਟਾਈ ਵਗੈਰਾ ਕਰਕੇ ਰੋੜੀ ਵਗੈਰਾ ਪਾਣੀ ਉਹ ਪਾ ਲਵਾਂਗਾ ਅਤੇ ਫਰੈਸ਼ ਜਿਹੜਾ ਨਾ ਇਹ ਵੀ ਲੱਗ ਜਾਵੇ। ਅਤੇ ਅੰਕਲ ਉਹ ਕਹਿੰਦਾ ਥੋੜ੍ਹੀ ਜਿਹੀ ਗਲਤੀ ਹੋ ਗਈ ਸੀਗੀ, ਜਿਹੜੇ ਉਹ ਦੋ ਮੰਗਵਾਏ ਸੀ ਨਾ ਇਹਨਾਂ ਨੇ ਇਸ ਤਰ੍ਹਾਂ ਦੇ ਟੀਆਂ, ਉਹਨਾਂ ਦਾ ਕੋਈ ਫਾਇਦਾ ਨਹੀਂ ਸੀ, ਇੱਕ ਟੀ ਨਾਲ ਹੀ ਸਾਰਾ ਸਰ ਜਾਣਾ ਆ ਗਿਆ। ਅਤੇ ਹੁਣ ਫਿਰ ਨਾ ਇੱਥੋਂ ਪਾਣੀ ਦਾ ਬਾਹਰ ਦੀ ਨਿਕਾਸੀ ਹੋਵੇਗੀ, ਪਰ ਉਹ ਵਾਸ਼ਰੂਮ ਦਾ ਪਾਣੀ ਇੱਧਰ ਆ ਜਾਵੇਗਾ ਅਤੇ ਇਹਦਾ ਪਾਣੀ ਇੱਥੋਂ ਥੱਲੇ ਨੂੰ ਹੀ ਕੱਢਾਂਗੇ। ਇਹ ਸਾਰੀ ਸੈਟਿੰਗ ਜਦੋਂ ਕਰਨੀ ਹੈ ਇਨਸ਼ਾਅੱਲਾ ਤਾਲਾ ਫਿਰ ਜਾਂਦੇ ਥੱਲੇ ਆਵਾਂਗੇ। ਅਤੇ ਇੱਦਾਂ ਹੀ ਅੰਕਲ ਜਿਹਾ ਨਾ ਸੈਟਿੰਗ ਕਰ ਰਹੇ ਨੇਗੇ ਸਾਰੀ, ਫਿਰ ਫਰਸ਼ ਦਾ ਜਿਹੜਾ ਨਾ ਸਾਡਾ ਤੋਂ ਜਿਵੇਂ ਕਿ ਰੋੜੀ ਵਗੈਰਾ ਕੁਟਾਈ ਕਰਕੇ ਅਤੇ ਪਾਉਂਦੇ ਆਗੇ ਕੰਕਰੀਟ ਵਗੈਰਾ ਮਸਾਲਾ ਜਿਹਾ ਬਣਾਉਣਾ ਹੈਗਾ। ਰੇਤ ਥੋੜ੍ਹੀ ਜਿਹੀ ਘੱਟ ਪਈਗੀ ਲੇਕਿਨ ਦੇਖਣੇ ਆਵਾਂਗੇ ਕਿਧਰੋਂ ਨਾ ਕਿਧਰੋਂ ਹੱਲ ਕਰਨਾ ਹੈ ਰੇਤ ਦਾ ਵੀ। ਪਾਣੀ ਦੀ ਨਿਕਾਸੀ ਦਾ ਕੰਮ ਮੁਕੰਮਲ ਹੋ ਗਿਆ ਹੈਗਾ, ਹੁਣ ਥੱਲੇ ਨਾ ਅੰਕਲ ਔਰ ਇੱਟਾਂ ਜੋੜਨ ਲੱਗੇ, ਜੇ ਇੱਟਾਂ ਰੋੜੇ ਕੋਲ ਪਏ ਨੇਗੇ ਨਾ ਖਾਲਾ ਹੋਰਾਂ ਘਰ, ਉਹ ਥੱਲੇ ਜੋੜ ਕੇ ਦਿੰਦੇ ਉੱਤੇ ਨਾ ਕੰਕਰੀਟ ਅੰਕਲ ਕਹਿ ਰਹੇ ਨੇ ਪਾ ਦਿੰਦੇ ਹਾਂ, ਰੋੜੀ ਕੁੱਟਣ ਉਹ ਬਿਹਤਰ ਹੈਗਾ, ਉੱਤੋਂ ਥੋੜ੍ਹੀ ਥੋੜ੍ਹੀ ਨਾ ਕੁਟਾਈ ਕਰ ਦੇਵਾਂਗੇ ਦੁਰਮਣ ਨਾਲ। ਵੈਸੇ ਮਿੱਟੀ ਦੇ ਤੁਹਾਨੂੰ ਪਤਾ ਅੱਗੇ ਮੈਨੂੰ ਕਾਫੀ ਜਿਹੜਾ ਨਾ ਕੁੱਟਿਆ ਹੈਗਾ, ਅਤੇ ਪਰਲਾ ਜਾਂ ਵਾਸ਼ਰੂਮ ਆਉਣ ਤੋਂ ਬਾਅਦ ਕਰਨਾ, ਪਹਿਲੇ ਇਹਦਾ ਜਿਹੜਾ ਨਾ ਫਰੈਸ਼ ਲਾ ਲਈਏ ਜਲਦੀ ਜਲਦੀ। ਮੈਂ ਜਿਹੜਾ ਮਸਾਲਾ ਬਣਾਉਣ ਲੱਗਿਆ 6 ਬੱਠਲ ਪਏ ਨੇ ਇਹਦੇ ਜੀ ਬਜਰੀ ਦੇ, ਅਤੇ 6 ਬੱਠਲ ਰੇਤ ਦੇ, 4 ਬੱਠਲ ਪੜੋਸੀਆਂ ਕੋਲ ਉਤਾਰੇ ਲਏ ਨੇ, ਅਤੇ 2 ਬੱਠਲ ਇਹਦੇ ਸੀਮੈਂਟ ਦੇ ਪਾਉਣੇ ਨੇਗੇ, ਸੀਮੈਂਟ ਜਾਂ ਕੱਢ ਲਿਆ ਹੋਇਆ ਚੰਗ ਸਿਟੀ ਹੈ।
ਤੇ ਮਸਾਲਾ ਜੀ ਬਿਲਕੁਲ ਤਿਆਰ ਹੋ ਗਿਆ ਹੈਗਾ। ਬਸ ਹੁਣ ਅੰਕਲ ਔਰ ਵੇਟ ਹੈਗਾ ਕਿਉਂਕਿ ਉਹ ਪਰਲੇ ਜਾਂ ਵਾਸ਼ਰੂਮ ਇਹਨਾਂ ਦੀ ਕੋਈ ਸੈਟਿੰਗ ਵਗੈਰਾ ਕਰ ਰਹੇ ਨੇਗੇ। ਪਰਲੇ ਵਾਸ਼ਰੂਮ ਦਾ ਥੱਲੇ ਫਰਸ਼ ਦੀ ਜਿਹੜੀਆਂ ਇੱਟਾਂ ਵਗੈਰਾ ਉਹਨਾਂ ਨੇ ਜੋੜ ਲਈਆਂ ਹੋਈਆਂ ਨੇ, ਬਸ ਇਹਦੇ 'ਤੇ ਮਸਾਲਾ ਹੀ ਪਾਉਣਾ ਹੈਗਾ। ਅਤੇ ਇਹਦੇ ਵੀ ਜੇ ਇਹਨੂੰ ਕੋਈ ਸੈਟਿੰਗ ਵਗੈਰਾ ਕਰ ਰਹੇ ਨੇ, ਉਸ ਤੋਂ ਬਾਅਦ ਇਹਦੇ ਰੋੜੀ ਸਿੱਟ ਰਹੇ ਹਨ ਅਤੇ ਸਾਈਡਾਂ 'ਤੇ ਰੋੜੀ ਪੈਣੀ ਹੈਗੀ ਇਹਦੇ। ਚਲੋ ਇੱਟਾਂ ਜੋੜ ਗਈਆਂ ਨੇ ਜੀ। ਅਤੇ ਉਂਝ ਫਿਰ ਕੰਮ ਨੂੰ ਸ਼ੁਰੂ ਹੋ ਜਾਂਦੇ ਹਾਂਗੇ। ਉਹਲਾ ਜਿਵੇਂ ਕਿ ਤੁਹਾਨੂੰ ਦੱਸਿਆ ਫਰਸ਼ ਲਾਵਣ ਲੱਗੇ ਹਾਂਗੇ, ਫਰਸ਼ ਲਾਉਂਦੇ ਹਾਂ ਅਤੇ ਅੰਮੀ ਜਾਨ ਜਿਹੜੀਆਂ ਨੇਗੀਆਂ ਕੋਲ ਉਹ ਰੋੜੀ ਕੱਢ ਰਹੀਆਂ ਨੇਗੀਆਂ, ਉਸ ਜਗ੍ਹਾ ਤੋਂ ਪਰਲੇ ਵਾਸ਼ਰੂਮ ਹੈ ਜਿਹੜੀਆਂ ਸਿੱਟੀ ਜਾਣਗੀਆਂ। ਚਲੋ ਜੀ ਅਤੇ ਇਹਦਾ ਹੀ ਅੰਦਰੋਂ ਫਰੈਸ਼ ਜਿਹੜਾ ਕੰਪਲੀਟ ਹੋਇਆ ਖੜਾ ਹੈਗਾ। ਬਸ ਹੁਣ ਉੱਕਰ 'ਤੇ ਥੋੜ੍ਹਾ ਮਸਾਲਾ ਪੈਣ ਨਾਲ ਰਹਿ ਗਿਆ ਹੈਗਾ। ਅਤੇ ਅੰਮੀ ਜਾਨ ਅਤੇ ਖਾਲਾਂ ਕੋਲ ਨਾ ਇਹਦੇ ਅੰਦਰ ਜਿਹੜਾ ਨਾ ਰੋੜੀ ਵਗੈਰਾ ਸਿੱਟ ਰਹੀਆਂ ਨੇ, ਇਹਨੂੰ ਕੁਟਾਈ ਕਰਕੇ ਨਾ ਇਹਦੇ 'ਤੇ ਮਸਾਲਾ ਪਾਉਂਦੇ ਹਾਂਗੇ। ਅੱਜ ਸਾਰਾ ਕੰਮ ਜਿਹੜਾ ਨਾ ਵਾਸ਼ਰੂਮਾਂ ਦਾ ਖਤਮ ਹੋ ਜਾਣਾ ਹੈਗਾ। ਸੁਬਹਾ ਤੋਂ ਫਿਰ ਇਨਸ਼ਾ ਅੱਲਾਹ ਤਾਲਾ ਘਰ ਦੀ ਰੂਟੀਨ ਤੁਹਾਡੇ ਨਾਲ ਸ਼ੇਅਰ ਕੀਤੀ ਕਰਾਂਗੇ, ਘਰ 'ਚ ਹੋਇਆ ਕਰਨਾ ਹੈਗਾ ਫਿਰ। ਬਾਕੀ ਦਾ ਮਸਾਲਾ ਬਚਿਆ ਪਿਆ, ਇਹ ਮਸਾਲਾ ਜਿਹੜਾ ਹੈਗਾ ਹੁਣ ਪਰਲੇ ਵਾਸ਼ਰੂਮ 'ਤੇ ਜਿਹੜਾ ਨਾ ਲਾਉਣਾ। ਮਿਹਨਤ ਹੈਗੀ, ਪੂਰਾ ਆ ਜਾਵੇਗਾ, ਮਸਾਲਾ ਘਟਦਾ ਨਹੀਂ ਹੈਗਾ, ਵੱਧ ਜਾਵੇਗਾ। ਅਤੇ ਇਹ ਫਰਸ਼ ਜੀ ਕੰਪਲੀਟ ਹੋ ਗਿਆ ਹੈਗਾ। ਅਤੇ ਹੁਣ ਫਿਰ ਇੱਦਾਂ ਜਿਹੜਾ ਨਾ ਮੈਂ ਇਹਦੀ ਕੁਟਾਈ ਵਗੈਰਾ ਕਰਨਾ ਹੈਗਾ, ਤੂੰ ਦੁਰਮਣ ਨਾ ਜਲਦੀ ਜਲਦੀ ਇਹਨੂੰ ਜਿਹੜਾ ਨਾ ਕੰਪਲੀਟ ਕਰਾਈਏ, ਬਸ ਆਖਰੀ ਕੰਮ ਰਹਿ ਗਿਆ ਹੈਗਾ। ਅਤੇ ਆਪਣਾ ਜੀ ਇਹ ਫਰਸ਼ ਹੀ ਕੰਪਲੀਟ ਹੋ ਗਿਆ ਹੈਗਾ। ਅਸੀਂ ਦੇਖੋ ਦੋਨੇ ਜਿਹੜੇ ਨਾ ਫਰਸ਼ ਠੀਕ ਤਰ੍ਹਾਂ ਲੱਗ ਗਏ ਹੋਏ ਨੇਗੇ। ਅਤੇ ਆਪਣਾ ਜੀ ਕੰਮ ਖਤਮ ਹੋ ਗਿਆ, ਮੈਂ ਆਪਣੀ ਜ਼ਿੰਮੇਦਾਰੀ ਨਿਭਾਤੀ ਹੋਈ, ਤੁਹਾਨੂੰ ਪਤਾ ਇਤਨੇ ਦਿਨ ਜਿਹੜਾ ਨਾਲ ਰਲ ਕੰਮ ਕਰਾਇਆ ਹੈਗਾ। ਅਤੇ ਇਹ ਜੀ ਆਪਣੇ ਤਕਰੀਬਨ 6 ਦਿਨਾਂ ਦੀ ਮਿਹਨਤ ਹੈਗੀ। ਅਤੇ ਜਿਹੜਾ ਕੁਛ ਮਸਾਲਾ ਬਚਿਆ ਹੈਗਾ ਖਾਲਾ ਜਾਣ ਔਰ ਇਹਨਾਂ ਦੀ, ਉੱਥੇ ਸਲੇਬ ਬਣਵਾਉਣ ਲੱਗੀਆਂ ਨੇਗੀ ਚੁੱਲ੍ਹੇ ਲਈ। ਅਤੇ ਖਾਲੂ ਆਉਣ ਵਾਲਾ, ਫਿਰ ਅੰਕਲ ਉਹਨਾਂ ਨੂੰ ਜਾ ਕੇ ਛੱਡ ਆਵੇਗਾ। ਅਸੀਂ ਵੀ ਜਾਂ ਨਵੀਂ ਜਾਣ ਹੁਣ ਆਪਾਂ ਨਿਕਲੀਏ ਜਲਦੀ ਆ, ਕਿਉਂਕਿ ਅੱਬੂ ਜਾਨ ਜੇ ਇੰਨਾ ਗੁੱਸੇ ਹੋਣਗੇ। ਕਹਿੰਦੇ ਹੁੰਦੇ ਨੇ ਸ਼ਾਮ ਹੋਣ ਨੂੰ ਪਹਿਲੇ ਪਹਿਲੇ ਘਰ ਆ ਕਰੋ, ਲੇਕਿਨ ਅੱਜ ਉਹਨਾਂ ਨੂੰ ਕਹਾਂਗਾ ਕਿ ਆ ਦੁਰਮੁਣ ਚੱਕ ਲਓ, ਦੁਰਮੁਣ ਆਪਾਂ ਭੁੱਲ ਗਏ, ਫਿਰ ਸੁਬਹਾ ਆਉਣਾ ਪੈਣਾ ਸੀਗਾ, ਚੱਕ ਲਿਆ ਉਹਨੇ। ਅਤੇ ਅੱਲਾ ਨੂੰ ਯਾਦ ਕਰਕੇ ਜੀ ਅਸੀਂ ਇੱਥੋਂ ਨਿਕਲ ਪਏ ਹਾਂ। ਦਰਅਸਲ ਅੱਬੂ ਜਾਨ ਤਾਂ ਗੁੱਸੇ ਹੁੰਦੇ ਨੇ ਕਿਉਂਕਿ ਨਾ ਸੁਨਸਾਨ ਜਿਹਾ ਇਲਾਕਾ ਹੈਗਾ, ਇੱਥੇ ਰਾਤ ਨੂੰ ਬੜਾ ਚੋਰੀ ਚਕਾਰੀ ਦਾ ਡਰ ਰਹਿੰਦਾ, ਡਕੈਤੀਆਂ ਵਗੈਰਾ ਹੁੰਦੀਆਂ ਨੇ। ਅੱਬੂ ਜਾਨ ਕਹਿੰਦੇ ਹੁੰਦੇ ਨੇ ਕਿ ਤੁਸੀਂ ਨਾ ਥੋੜ੍ਹਾ ਟਾਈਮ ਨਾ ਉੱਥੋਂ ਆ ਗਏ ਕਰੋ, ਅੱਜ ਹੁਣ ਲੇਟ ਹੋ ਗਿਆ। ਫਿਰ ਅੱਬੂ ਜਾਨ ਨੇ ਗੁੱਸੇ ਹੋਏ, ਲੇਕਿਨ ਉਹਨਾਂ ਨੇ ਕਹਾਂਗਾ ਅੱਜ ਜਿਹੜਾ ਨਾ ਕੰਮ ਖਤਮ ਕਰਵਾ ਕੇ ਆਇਆ ਗਿਆ, ਕਿਉਂਕਿ ਆਪ ਖੁਦ ਮੈਂ ਨਾਲ ਤਾਂ ਮਿਹਨਤ ਕਰਦਾ ਹੁੰਦਾ ਸੀਗਾ ਕਿ ਜਿਤਨਾ ਜਲਦੀ ਹੋ ਸਕੇ ਕੰਮ ਜਿਹੜਾ ਨਾ ਫਿਨਿਸ਼ ਹੋ ਗਏ। ਅਤੇ ਮਾਸ਼ਾਅੱਲਾ ਅੱਜ ਇਹਨਾਂ ਕੰਮ ਖਤਮ ਕਰ ਲਿਆ। ਅਗਰ ਹੋਰ ਕੋਈ ਮਿਸਤਰੀ ਅਤੇ ਨਾਲ ਮਜ਼ਦੂਰ ਲਾਇਆ ਹੁੰਦਾ ਨਾ, 10 ਦਿਹਾੜੀਆਂ ਪੱਕੀਆਂ ਸੀਗੀਆਂ, ਲੇਕਿਨ 6 ਦਿਨਾਂ 'ਚ ਕੰਮ ਖਤਮ ਹੋ ਗਿਆ, ਆਪ ਖੁਦ ਨਾਲ ਕੰਮ ਕਰਦਾ ਰਿਹਾ ਤਾਂ। ਅਤੇ ਘਰ ਵਾਪਸ ਜੀ ਅਸੀਂ ਕਾਫੀ ਟਾਈਮ ਦੇ ਆ ਕੇ ਹੋਏ ਹਾਂਗੇ। ਦਰਅਸਲ ਆਉਂਦੇ ਵਾਲੋਂ ਪਹਿਲਾਂ ਮੈਂ ਵੀਡੀਓ ਐਡੀਟਿੰਗ ਵਗੈਰਾ ਕਰਕੇ ਚੈੱਕ ਕੀਤਾ, ਅੱਜ ਦਾ ਵਲਾਗ ਕਾਫੀ ਜਿਹੜਾ ਨਾ ਛੋਟਾ ਬਣਿਆ, ਲੇਕਿਨ ਕੋਈ ਬਾਤ ਨਹੀਂ, ਸੁਬਹਾ ਇਨਸ਼ਾ ਅੱਲਾਹ ਤਾਲਾ ਬੜਾ ਇੰਟਰਸਟਿੰਗ ਵਲਾਗ ਹੋਏਗਾ, ਅਸੀਂ ਲਾਜ਼ਮੀ ਵਾਚ ਕਰਨਾ, ਕਿਉਂਕਿ ਸੁਬਹਾ ਫਿਰ ਘਰ ਦੀ ਟ੍ਰੇਨ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਘਰ ਦੇ ਕਾਫੀ ਕੰਮ ਪੈਂਡਿੰਗ ਨੇਗੇ, ਬਸ ਉਹਦੇ ਮਸਰੂਫ ਵਿਆਹ ਦੀ ਵਜ੍ਹਾ ਤੋਂ ਨਾ ਨਹੀਂ ਕਰ ਪਾਇਆ। ਸੁਬਹਾ ਸ਼ੋਪ ਦਾ ਕੋਈ ਸਮਾਨ ਹੀ ਅੰਮੀ ਜਾਨ ਲੈ ਆਵਾਂਗੇ, ਸਮਾਨ ਲੈ ਆਵਾਂਗੇ। ਨਹੀਂ ਸੁਬਹਾ ਫਸਟ ਟਾਈਮ ਜਿਹੜਾ ਸਭ ਤੋਂ ਪਹਿਲਾ ਕੰਮ ਮੈਂ ਆਪਣੇ ਵਾਲ ਕਟਵਾਉਣੇ ਨੇ, ਵਾਲ ਅਜੀਬ ਜਿਹੇ ਹੋਏ ਫਿਰਦੇ ਨੇ, ਉਹਦੀ ਹੀ ਮਰੀਜ਼ਾ ਫਿਰਦਾ। ਪਹਿਲਾਂ ਤੋਂ ਨਾ ਲੋਕ ਫਰੈਸ਼ ਹੋਣਾ ਹੋਵੇ, ਉਹ ਸੀਮੈਂਟ ਲੱਗਿਆ, ਬਾਜ਼ੂ ਆ ਗਿਆ, ਬਾਜ਼ੂ ਆਕੜੇ ਪਏ ਨੇ ਗੇ, ਸੀਮੈਂਟ ਜੇ ਪਲਸਤਰ ਹੋਏ ਹੋਏ ਨੇ ਅੰਮੀ ਜਾਨ, ਇਹ ਦੇਖਿਆ ਸਾਰੇ ਜਿਵੇਂ ਪਲਸਤਰ।
ਲੈਂਦਾ ਹੀ ਨਹੀਂ ਹੈਗਾ ਉੱਥੇ ਅਲੱਗ ਧੋ ਕੇ ਆਇਆ ਸੀ ਬਾਅਦ ਉਵੇਂ ਹੀ ਫਿਰ ਤੂੰ ਕਿਵੇਂ ਨਾ ਲੱਗੇ ਹੋ। ਚਲੋ ਕੋਈ ਨਹੀਂ, ਅਤੇ ਉਦੋਂ ਸਾਡੇ ਅੱਜ ਜਾਵਣ ਤੋਂ ਬਾਅਦ ਅਬੂ ਜਾਨ ਦੁਕਾਨ ਖੋਲ੍ਹੀ ਰੱਖੀ ਨਾ, ਅਤੇ ਦਾਣੇ ਵੀ ਅੱਜ ਕਾਫੀ ਇਕੱਠੇ ਹੋਏ ਨੇਗੇ ਨਵੀਂ ਗੰਦਮ ਦੇ, ਮਾਸ਼ਾਅੱਲਾ ਬੱਚੇ ਜਿਹੜੇ ਨਾ ਵੱਢ ਵਗੈਰਾ ਸੁੱਕਦੇ ਨੇ ਨਾ, ਅਤੇ ਇਹ ਜੀ ਹੈਗੀ ਆ ਸਾਲ ਦੀ ਨਵੀਂ ਗੰਦਮ ਮਾਸ਼ਾਅੱਲਾ। ਚੈੱਕ ਕਰੋ ਜੀ ਇੰਨੇ ਦਾਣੇ ਨੇਗੇ, ਤਕਰੀਬਨ ਅੰਮੀ ਜਾਨ 10-12 ਕਿਲੋ ਤਾਂ ਆਉਣੇ ਨੇਗੇ। ਹੁਣ ਡੇਲੀ ਦੁਕਾਨ ਖੁੱਲ੍ਹੀ ਹੋਏ ਕਰੇਗੀ ਨਾ, ਅਤੇ ਅਸੀਂ ਬੈਠੇ ਹੋਏ ਕਰਾਂਗੇ। ਫਿਰ ਬੱਚਿਆਂ ਦੀ ਜਿਹੜੀ ਨਾ ਖਾਣ ਪੀਣ ਦੀ ਚੀਜ਼ਾਂ ਅੰਮੀ ਜਾਨ ਜਿਵੇਂ ਲਾਟਰੀਆਂ ਹੋ ਗਈਆਂ, ਇਹ ਚੀਜ਼ਾਂ ਆਪਾਂ ਲੈ ਆਈਏ ਬੱਚੇ ਜਿਹੜੇ ਨਾ, ਫਿਰ ਆਪਣੇ ਕੋਲ ਹਾਂ ਇਨਾਮੀ ਚੀਜ਼ਾਂ ਜੇ ਜ਼ਿਆਦਾ ਲਿਆਵਾਂਗੇ ਬੱਚੇ, ਫਿਰ ਜਿਹੜੇ ਨਾ ਵੱਢ ਵਗੈਰਾ ਚੁੱਕਦੇ ਨੇ ਨਾ, ਅਤੇ ਦਾਣੇ ਦੇ ਕੇ ਕਰਨਗੇ, ਅਤੇ ਇਹੋ ਜਿਹੀ ਚੀਜ਼ਾਂ ਜੇ ਖਾਣ ਪੀਣ ਦੀਆਂ ਲੈ ਕਰਨਗੇ, ਕਿਉਂਕਿ ਇਹ ਬਿਜ਼ਨਸ ਮਾਇੰਡ ਹੁੰਦਾ, ਸੋਚਣਾ ਚਾਹੀਦਾ ਥੋੜ੍ਹਾ ਜਿਹਾ ਕਿ ਹੁਣ ਜਿਵੇਂ ਸੀਜ਼ਨ ਆ ਗਿਆ ਨਾ ਕਣਕਾਂ ਦਾ, ਬੱਚਿਆਂ ਨੇ ਚੀਜ਼ਾਂ ਬਹੁਤ ਜ਼ਿਆਦਾ ਲੈਣੀਆਂ, ਕੋਈ ਖਰਚਾ ਪਾਣੀ ਉਹਨਾਂ ਨੇ ਆਪਣਾ ਖੁਦ ਹੀ ਬਣਾਉਣਾ ਹੈਗਾ ਉਹ ਸਿਟੀਆਂ ਚੁੱਕ ਚੁੱਕ ਕੇ, ਅਤੇ ਕਾਫੀ ਜਿਹੜੇ ਨਾ ਡੇਲੀ ਸਾਡੇ ਕੋਲ ਦਾਣੇ ਵਗੈਰਾ ਇਕੱਠੇ ਹੋ ਕਰਨਗੇ। ਚਲੋ 2-3 ਮਾਣੇ ਇਕੱਠੇ ਹੋ ਜਾਣਗੇ ਜਿਵੇਂ ਗੁੰਜਾਇਸ਼ ਬਣੀ, ਇਨਸ਼ਾਅੱਲਾ ਤਾਲਾ ਫਿਰ ਕਰ ਲਈ ਕੋਈ ਗੰਦਮ ਹੀ ਲਵਾਂਗੇ। ਇੱਕ ਵਾਰੀ ਕਾਰੋਬਾਰ ਤੁਹਾਨੂੰ ਪਤਾ ਕਾਫੀ ਪਹਿਲੇ ਨਾਲ ਡਾਊਨ ਹੋ ਗਿਆ, ਸੁਬਾਹ ਮੈਂ ਜਾਣਾ ਆਪਾਂ ਸਮਾਨ ਵਗੈਰਾ ਆਇਆ ਵੀ ਬਾਹਰ ਕੱਢਣਾ ਟੇਬਲ ਉਵੇਂ ਜਿਵੇਂ ਕੱਢਦੇ ਸੀ ਨਾ ਪਹਿਲੇ, ਅਮੀ ਜਾਨ 15-20 ਮਨ ਬੜੀ ਮਹਿੰਗੀਆਂ ਨੇ, ਲੇਕਿਨ ਇਨਸ਼ਾਅੱਲਾ ਤਾਲਾ ਦੇਖਣੇ ਆ ਕੇ ਕੋਈ ਪਤਾ ਨਹੀਂ, ਅੱਲਾ ਪਾਕ ਕੋਈ ਨਾ ਕੋਈ ਵਸੀਲਾ ਬਣਾ ਦੇਵੇ ਅਸੀਂ ਇਕੱਠੀ ਗੰਦਮ ਲੈ ਕੇ ਰੱਖ ਲਈਏ, ਸਾਰਾ ਸਾਲ ਫਿਰ ਜਿਹਾ ਸਕੂਨ ਦਾ ਗੁਜ਼ਰ ਜਾਵੇਗਾ। ਜਿਵੇਂ ਕਿ ਐਨ ਹੁਣ ਤੁਹਾਨੂੰ ਪਤਾ ਹੈਗਾ ਕਿ ਗੰਦਮ ਦਾ ਰੇਟ ਹੁਣ ਤਾਂ ਮਾਸ਼ਾਅੱਲਾ ਕਾਫੀ ਕੰਮ ਹੋਇਆ, 32-3 ਸੌ ਰੁਪਇਆ ਹੈਗਾ ਮਨ ਦਾ, ਤੇ ਬਾਅਦ ਵਿੱਚ 55-100 ਰੁਪਏ ਤੋਂ ਹੀ ਮਿਲਦੀ ਹੈ ਆਟਾ, ਹੁਣ ਆਪਾਂ ਲੈਂਦੇ ਰਹਾਂਗੇ ਤੇ 5800 ਤੋਂ ਮਾਣ ਮੈਂ ਲੈ ਕੇ ਆਈ ਹਾਂ, ਹੁਣ ਇਸ ਵਾਰੀ ਆਟਾ ਤੇ ਮਾਣ ਲਿਆਂਦਾ ਸੀਗਾ, ਆਖਰੀ ਵਾਰੀ ਜਦੋਂ ਲੈ ਕੇ ਆ ਸੀ ਉਦੋਂ ਗੰਦਮ ਜਿਹੜੇ ਆਈ ਆ ਨਹੀਂ ਸੀ, ਅੱਜ ਆਏ ਨਾ ਦਾਣੇ ਸੁਬਹ ਤੇ 2-3 ਦਿਨ ਇਤਨੀ ਇਤਨੀ ਅੰਦਰ ਰਹਿਣਾ, ਤਾਂ ਫਿਰ ਸਾਡਾ ਨਾ ਇੱਕ ਪੀੜੀ ਦਾ ਬਣ ਜਾਏਗਾ, ਕਿਉਂਕਿ ਅਸੀਂ ਮਾਣ ਬਣਿਆ 20 ਸਿਰ ਬਣੇ 30 ਸਿਰ ਬੱਚੇ ਬਣੇ ਨਾ ਪਿਵਾ ਲਵਾਂਗੇ, ਹਾਂ ਪਿਵਾ ਲਵਾਂਗੇ ਨਵੀਂ ਜਿਹੜੀ ਗੰਦਮ ਹੈਗੀ ਕਰ ਲਈ, ਤੇ ਇਹਦੇ ਨਾਲ ਫਿਰ ਮਹੀਨਾ ਤਕਰੀਬਨ 1 ਮਣ ਦਾਣੇ ਹੋਣ ਨਾ ਸਾਡਾ ਆਸਾਨੀ ਨਾਲ ਜੇ 1 ਮਹੀਨਾ ਗੁਜ਼ਰ ਜਾਂਦਾ ਹੈਗਾ, ਫਿਰ ਅਗਰ ਮਿਸਤਰੀ ਵਗੈਰਾ ਲਾਏ ਹੋਣ ਤਾਂ ਫਿਰ ਕਰ ਲਓ ਕਿ 1.5 ਮਣ ਮਹੀਨਾ ਗੁਜ਼ਰਦਾ ਹੈਗਾ, ਤੇ ਠੀਕ ਹੈ ਇਨਸ਼ਾਅੱਲਾ ਤਾਲੇ ਤਾਂ ਅੱਗੇ ਫਿਰ ਰੂਟੀਨ ਦਾਣੇ ਸ਼ੇਅਰ ਕਰਦਾਂਗੇ ਰਵਾਂਗੇ, ਸੁਬਾਹ ਹੀ ਕਾਫੀ ਜਿਹਾ ਕੰਮ ਕਾਜ ਕਰਨੇ ਨੇਗੇ, ਤੇ ਮੈਂ ਹੁਣ ਨਾਲ ਨੂੰ ਕਿ ਫਰੈਸ਼ ਹੋ ਜਾਣ ਨਾ ਅਗਰ ਸੁਬਾਹ ਫਿਰ ਕਟਿੰਗ ਵਗੈਰਾ ਹੀ ਕਰਵਾਵਾਂਗਾ, ਠੀਕ ਹੈ ਆਪਣਾ ਇਹੋ ਜਿਹਾ ਵੀ ਲਾਗ ਤਾਂ ਹੁੰਦਾ ਖਤਮ, ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਲਾਈਕ ਕਰ ਲੈਣਾ ਕਿ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ, ਓਕੇ ਥੈਂਕਸ ਫਾਰ ਵਾਚਿੰਗ ਐਂਡ ਅੱਲਾ ਹਾਫਿਜ਼।